ਤਾਂ ਲੱਗਦਾ ਕਿ ਅੰਦੋਲਨ ਉਹ ਵੀ ਸਟੈਂਡ ਕਰ ਰਿਹਾ ਜਿਵੇਂ ਪਹਿਲਾਂ ਸੀ। ਗਵਰਨਮੈਂਟ ਨੇ ਬਹੁਤ ਢੰਗ ਦੇ ਨਾਲ ਇਹ ਸਿੰਘੂ ਬਾਰਡਰ ਤੋਂ ਗਾਜ਼ੀਪੁਰ ਬਾਰਡਰ ਨੂੰ ਲੈ ਅਸੀਂ ਇਹ ਮੰਨ ਕੇ ਚੱਲੀਏ ਕਿ ਪੰਜਾਬ ਤੋਂ ਫੋਕਸ ਸ਼ਿਫਟ ਹੋਣਾ ਡੈਡਲੌਕ ਹੋਣਾ। ਪ੍ਰਾਈਮ ਮਿਨਿਸਟਰ ਦੇ ਐਟੀਟਿਊਡ ਤੋਂ ਸਾਨੂੰ ਇਹ ਨਜ਼ਰ ਆਇਆ ਕਿ ਡੈਡਲੌਕ ਨੂੰ ਤੋੜਨ ਦੇ ਮੂਡ ਵਿੱਚ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਕੀ ਸਟੈਂਡ ਲੈਣਾ ਚਾਹੀਦਾ ਹੁਣ? ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਗੱਲ ਕਹਾਂਗਾ, ਚੰਡੀਗੜ੍ਹ ਦੇ ਬਜਾਏ ਦਿੱਲੀ ਆਓ। ਕਿਸਾਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਸੀਗੇ, ਜਦੋਂ 5 ਸਾਲ ਬਾਅਦ ਤੁਸੀਂ ਵੋਟਾਂ ਮੰਗਣ ਜਾਓਗੇ ਬਾਜਾ ਸਾਹਿਬ, ਕਿਸਾਨ ਇਹ ਸਵਾਲ ਕਰਨਗੇ। ਕੈਪਟਨ ਅਮਰਿੰਦਰ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਜਿਹੜੇ ਉਹੀ ਦੇ ਸਕਦੇ ਨੇ, ਮੈਂ ਤੇ ਮੰਤਰੀ ਮੰਡਲ ਚੋਂ ਬਾਹਰ ਹਾਂ। ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ 'ਤੇ ਤੁਹਾਡਾ ਸਭ ਦਾ ਸਵਾਗਤ ਕਰਦਾ। ਕਿਸਾਨ ਸੰਘਰਸ਼ ਨਾਲ ਜੁੜੀ ਹਰ ਗਤੀਵਿਧੀ 'ਤੇ ਸਾਡੀ ਨਜ਼ਰ ਹੈ। ਇੱਥੇ ਸਿਆਸਤ ਕੀ ਕਰ ਰਹੀ ਹੈ, ਇੱਥੇ ਸਮਾਜ ਦਾ ਹਰ ਵਰਗ ਕੀ ਕਰ ਰਿਹਾ, ਸੱਤਾ ਕੀ ਕਰ ਰਹੀ ਹੈ, ਅਸੀਂ ਸਭ ਕੁਝ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਸਭ ਦੇ ਵਿਚਾਲੇ ਕਾਂਗਰਸ 'ਤੇ ਬਹੁਤ ਸਾਰੇ ਸਵਾਲ ਉੱਠਦੇ ਪਏ ਆ, ਪਰ ਕਾਂਗਰਸ ਉਹਨਾਂ ਸਵਾਲਾਂ ਦੇ ਜਵਾਬ ਕਿਸ ਤਰੀਕੇ ਨਾਲ ਦੇ ਪਾ ਰਹੀ ਹੈ, ਸਵਾਲ ਇਹ ਵੀ ਹੈਗੇ ਆ। ਸਦਨ ਦੇ ਅੰਦਰ ਅਤੇ ਸੜਕ ਤੱਕ ਜਿਹੜੇ ਸਵਾਲ ਉੱਠਦੇ, ਉਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਅੱਜ ਵੀ ਸਾਡੇ ਨਾਲ ਇੱਕ ਖਾਸ ਮਹਿਮਾਨ ਮੌਜੂਦ ਹੋਣਗੇ ਅਤੇ ਉਹਨਾਂ ਤੋਂ ਅਸੀਂ ਪੁੱਛਾਂਗੇ ਕੀ ਕਰ ਰਹੀ ਹੈ ਸਿਆਸਤ। ਅਤੇ ਇਸ ਵਕਤ ਸਾਡੇ ਨਾਲ ਮੌਜੂਦ ਹੈਗੇ ਆ ਪ੍ਰਤਾਪ ਸਿੰਘ ਬਾਜਵਾ, ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ, ਬਹੁਤ ਵਾਰ ਇਹ ਮੰਤਰੀ ਅਹੁਦੇ 'ਤੇ ਰਹੇ ਆ ਅਤੇ ਇਸ ਤੋਂ ਇਲਾਵਾ ਜਿਹੜੀ ਵੱਡੀ ਦੌੜ ਹੈ ਜਿਹੜੀ ਪੰਜਾਬ ਦੀ ਸਿਆਸਤ ਵਿੱਚ, ਉਹਨਾਂ ਵਿੱਚ ਹਮੇਸ਼ਾ ਸ਼ੁਮਾਰ ਰਹੇ ਆ ਅਤੇ ਹਮੇਸ਼ਾ ਇਹ ਦਾਅਵਾ ਕਰਦੇ ਆ ਕਿ ਮੈਂ ਕਿਸਾਨੀ ਮੁੱਦਿਆਂ ਜ਼ਿਕਰ ਕਰਦਾ। ਰਾਜ ਸਭਾ ਦੇ ਵਿੱਚ ਗੰਨਾ ਕਾਸ਼ਤਕਾਰਾਂ ਦਾ ਵਾਰ ਵਾਰ ਜ਼ਿਕਰ ਇਹਨਾਂ ਨੇ ਕੀਤਾ ਅਤੇ ਇਹਨਾਂ ਦੇ ਇਲਾਕੇ ਦੇ ਵਿੱਚ ਗੰਨਾ ਕਾਸ਼ਤਕਾਰਾਂ ਦੀ ਬਹੁਤ ਵੱਡੀ ਸਮੱਸਿਆ, ਉਹਨਾਂ ਦਾ ਜ਼ਿਕਰ ਇਹ ਵਾਰ ਵਾਰ ਕਰਦੇ। ਪ੍ਰਤਾਪ ਸਿੰਘ ਬਾਜਵਾ ਸਾਡੇ ਨਾਲ ਮੌਜੂਦ ਹੈਗੇ ਆ। ਬਾਜਵਾ ਸਾਹਿਬ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਤੁਹਾਡਾ ਵੀ ਛੋਟੇ ਵੀਰ ਅਤੇ ਤੁਹਾਡੇ TV ਚੈਨਲ ਦੇ ਸਾਰੇ ਸਰੋਤਿਆਂ ਦਾ। ਚਲੋ ਬਾਜਵਾ ਸਾਹਿਬ ਤੁਹਾਡਾ ਧੰਨਵਾਦ, ਤੁਸੀਂ ਵਕਤ ਕੱਢਿਆ। ਬਾਜਵਾ ਸਾਹਿਬ ਬੜੇ ਸਿੱਧੇ ਸਵਾਲ ਹੋਣਗੇ ਸਰ, ਸਵਾਲ ਇਹ ਹੈ ਸਰ ਡੈਡਲੌਕ ਜਿਹੜਾ ਬਣਿਆ ਹੋਇਆ, ਉਸ ਡੈਡਲੌਕ ਨੂੰ ਕਿਵੇਂ ਤੋੜਿਆ ਜਾ ਸਕਦਾ? ਕੇਂਦਰ ਅਤੇ ਕਿਸਾਨਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋ ਪਾ ਰਹੀ, ਸਿਆਸਤ ਕੀ ਕਰ ਰਹੀ ਹੈ ਸਰ? ਦੇਖੋ, ਸਿਆਸਤ ਗੱਲ ਇਸ ਤਰ੍ਹਾਂ ਕਿ ਅਸੀਂ ਤਾਂ ਬਥੇਰੀ ਕੋਸ਼ਿਸ਼ ਕੀਤੀ, ਤੁਹਾਨੂੰ ਪਤਾ ਰਾਜ ਸਭਾ 'ਚ ਵੀ ਜਦੋਂ ਪ੍ਰਾਈਮ ਮਿਨਿਸਟਰ ਹਾਜ਼ਰ ਸਨ ਰਾਜ ਸਭਾ ਦੇ ਵਿੱਚ, ਉਦੋਂ ਮੈਂ ਬੋਲਦਿਆਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਆਓ ਮੈਂ ਤੁਹਾਨੂੰ ਸਿੰਘੂ ਬਾਰਡਰ ਲੈ ਕੇ ਜਾ। ਤੁਸੀਂ ਕਿਸਾਨਾਂ ਨੂੰ ਇਹ ਗੱਲ ਕਹੋ ਕਿ ਮੈਂ ਤੇ ਤੁਹਾਡੀ ਬਿਹਤਰੀ ਵਾਸਤੇ ਕਾਨੂੰਨ ਲਿਆਂਦੇ ਸੀ, ਜੇ ਤੁਸੀਂ ਇਹ ਸਮਝਦੇ ਹੋ ਕਿ ਤੁਹਾਡੀ ਬਿਹਤਰੀ ਵਾਸਤੇ ਨਹੀਂ, ਮੈਂ ਵਾਪਸ ਲੈ ਲੈਂਦਾ, ਮੈਂ ਤੁਹਾਡਾ ਜੈ ਜੈਕਾਰ ਵੀ ਕਰਨਗੇ। ਅਤੇ ਹੁਣ ਵਕਤ ਹੈ, ਮੈਂ ਕਿਹਾ ਸੀ ਮੋਦੀ ਸਾਹਿਬ ਨੂੰ ਕਿ ਤੁਸੀਂ 2 ਵਾਰ ਪ੍ਰਧਾਨ ਮੰਤਰੀ ਬਣ ਗਏ ਹੋ, ਤੁਸੀਂ ਹੁਣ ਪ੍ਰਧਾਨ ਮੰਤਰੀ ਦੀ ਜਗ੍ਹਾ 'ਤੇ ਇਸ ਟਾਈਮ ਸਟੇਟਸਮੈਨ ਬਣਨ ਦੀ ਲੋੜ ਹੈ। ਹੈਲੋ ਜੀ ਜੀ ਜੀ, ਮੈਨੂੰ ਲੱਗ ਕਿ BJP ਨੇ ਇੱਕ ਇਸ ਕਿਸਮ ਦੀ ਪੋਜੀਸ਼ਨ ਬਣਾ ਲਈ ਹੈ ਕਿ ਅਸੀਂ ਕਿਸਾਨਾਂ ਦੀਆਂ ਇਹ ਮੰਗਾਂ 'ਤੇ, ਜੈਨੂਅਨ ਮੰਗਾਂ 'ਤੇ ਬਹੁਤਾ ਗੌਰ ਕਰਨ ਦਾ ਇਹਨਾਂ ਫੈਸਲਾ ਕਰ ਲਿਆ ਕਿ ਐਜੀਟੇਸ਼ਨ ਚੱਲ ਲੈਣ ਦਿਓ। ਮੈਨੂੰ ਲੱਗਦਾ ਨਹੀਂ ਇਸ ਮੂਡ ਵਿੱਚ ਨੇ ਕਿ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨ। ਪ੍ਰਤਾਪ ਸਿੰਘ ਬਾਜਵਾ, ਇਉਂ ਨਹੀਂ ਲੱਗਦਾ ਕਿ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਵਿਸਾਰ ਦਿੱਤਾ ਜਾ ਰਿਹਾ ਅਤੇ ਹੋਰ ਮੁੱਦੇ ਜਿਹੜੇ 26 ਜਨਵਰੀ ਨੂੰ ਲੈ ਕੇ ਉਹ ਸਾਰੇ ਉਭਾਰੇ ਜਾ ਰਹੇ ਆ, ਇਉਂ ਲੱਗਦਾ ਤੁਹਾਨੂੰ ਪ੍ਰਤਾਪ ਸਿੰਘ ਬਾਜਵਾ? ਨਹੀਂ, 100% ਹੈ ਜੀ। ਮੈਂ ਵੇਖੋ, ਜਿੱਦਣ ਰਾਜ ਸਭਾ ਬੋਲਿਆ ਮੈਂ ਇਹ ਗੱਲ ਕਹੀ ਸੀ ਕਿ 26 ਜਨਵਰੀ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਪੁਲਿਸ ਵੱਲੋਂ ਇੱਕ ਸਰਟਨ ਰੂਟ ਦਿੱਤਾ ਗਿਆ ਸੀ ਕਿ ਇਹ ਕਿ ਸਾਰੀਆਂ ਜਥੇਬੰਦੀਆਂ ਕਿਹੜੇ ਰੂਟ 'ਤੇ ਚੱਲਣਗੀਆਂ। ਕੁਝ ਲੋਕਾਂ ਨੂੰ ਇਹਨਾਂ ਨੇ ਇਸ਼ਾਰਾ ਕਰਕੇ ਪਹਿਲੇ ਹੀ, ਜਿਸ ਤਰ੍ਹਾਂ 10 ਵਜੇ ਜਲੂਸ ਚੱਲੇ, 8 ਵਜੇ ਹੀ ਤੋੜ ਦਿੱਤਾ ਕਿ ਤੁਸੀਂ ਰਸਤੇ ਵਿੱਚ ਬੈਰੀਕੇਡ ਤੋੜ ਦਿਓ, ਉੱਥੋਂ ਸਿੱਧੇ ITO 'ਤੇ ਆ ਜਾਇਓ। ITO ਤੋਂ ਨੌਜਵਾਨ, ਬਹੁਤ ਸਾਰਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਲਾਲ ਕਿਲ੍ਹਾ ਹੈ ਕਿੱਧਰ, ਪੁਲਿਸ ਨੇ ਇਸ਼ਾਰਾ ਕਰਕੇ ਲਾਲ ਕਿਲ੍ਹੇ ਵੱਲ ਤੋੜ ਦਿੱਤਾ। ਸੋ ਇਹਦੇ ਵਿੱਚੋਂ ਇਹ ਨਜ਼ਰ ਆਉਂਦਾ ਕਿ ਕੁਝ ਗਵਰਨਮੈਂਟ ਦਾ ਵੀ ਇਹਦੇ ਵਿੱਚ ਹੱਥ ਸੀ, ਇਹ ਚਾਹੁੰਦੇ ਸੀ ਕਿ ਇਸ ਸਾਰੇ ਪੀਸਫੁੱਲ ਮਜ਼ਾਰੇ ਨੂੰ, ਇਸ ਪੀਸਫੁੱਲ ਐਜੀਟੇਸ਼ਨ ਨੂੰ ਬਦਨਾਮ ਕਰਨ ਦਾ ਇੱਕੋ ਢੰਗ ਹੈ ਕਿ ਇਹਦੇ ਵਿੱਚ ਕੁਝ ਹੱਦ ਤੱਕ ਅਸੀਂ ਕੁਝ ਇਸ ਕਿਸਮ ਦਾ ਕੋਈ ਕੰਮ ਕਰਾਈਏ ਜਿਹਦੇ 'ਚ ਐਂ ਜਾਪੇ ਕਿ ਹੁਣ ਇਹ ਪੀਸਫੁੱਲ ਨਹੀਂ ਰਹੇ, ਸ਼ਾਂਤੀਪੂਰਵਕ ਨਹੀਂ, ਇਹ ਹਿੰਸਾ 'ਤੇ ਉੱਤਰ ਆਏ ਨੇ। ਅਤੇ ਇਹ ਮੈਂ ਸਮਝਣਾ ਗਵਰਨਮੈਂਟ ਦੀਆਂ ਏਜੰਸੀਆਂ ਅਤੇ ਗਵਰਨਮੈਂਟ ਦੀ ਇਹ ਇੱਕ ਕੁਝ ਹੀ ਸ਼ਰਾਰਤ ਸੀ ਜਿਹਦੇ ਵਿੱਚ ਕਾਫੀ ਹੱਦ ਤੱਕ ਉਹ ਕਾਮਯਾਬ ਹੋਏ ਨੇ। ਹੁਣ ਬਿਲਕੁਲ ਠੀਕ ਹੈ, ਕਿਸਾਨਾਂ ਦੇ ਮੁੱਦੇ ਦੀ ਗੱਲ ਕੋਈ ਨਹੀਂ ਹੋ ਰਹੀ, ਹੁਣ ਉਹ 26 ਜਨਵਰੀ ਦਾ ਜਾਂ 26 ਜਨਵਰੀ ਤੋਂ ਬਾਅਦ ਕਈਆਂ ਨੂੰ NIA ਦੇ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਨੇ ਜਿਹੜੀਆਂ ਪਹਿਲੇ ਤਾਂ ਜਿਹੜੇ ਆੜ੍ਹਤੀ ਸੀ ਇਹਨਾਂ ਨੂੰ ਇਨਕਮ ਟੈਕਸ 'ਤੇ ਰੇਡ ਹੋ ਗਏ, ਉਸ ਤੋਂ ਬਾਅਦ ਕਈ
प्रेस रिपोर्टर्स नू किसान यूनियन दे लीडर्स नू आम पंजाबियों नू मैं कहा 1200-1400 बंदे नू नोटिस जा चुके हैं दिल्ली पुलिस का। हाँ जी भाईवा साहब हुण सारा फोकस इत्थे आ गया जिहड़े नोट्सां तुसीं जिक्र कर रहे हो सारी गलबात आ नोट्सां दे आले दुआले घूमदी पई है जेल दे आले दुआले घूमदी पई है जमानतां दे आले दुआले घूमदी पई है तुसीं भी एक चिट्ठी लिखी सी जज साहब नूं नौदीप वाले केस दे विच भाईवा साहब उस चिट्ठी दा तुहाडा की मतलब सीगा जिहड़ी चिट्ठी तुसीं लिखी सी सो मोट लिया जाए सर अदालतां नूं नहीं पता सो मोट लैणा जां अदालतां नूं नहीं पता इह केस कमजोर है जां मजबूत है भाईवा साहब देखो अदालतां नूं बड़ा कुछ पता हुंदा जी बट जिन्ना चिर बच्चा भी माँ को भी पता होंगे कि बच्चे को दूध की जरूरत है बट आम तौर बच्चा जब रोंदा उदो उन्हें पता लगता कि बच्चे को भूख लगी है तो दूध इन पियाईए सो जिन्ना चिर तुसी अदालतों में भी सूओ मोटो बहुत घट लिया जाता मैं एज राज्यसभा मैंबर क्योंकि बहुत सारे देशों चो विदेशों चो साडे पंजाबी वीर इस गल ते चिंतित सन कि नौजवान साड़ी एक पंजाब की नौजवान बची है जिहड़ी पहले तो कामिया वास्ते किरतियां वास्ते संघर्ष करती आई तो बाद दे विच किसानां दे संघर्ष दे विच इत्थे सिंघू बॉर्डर ते सी उहदे नाल जिस किस्म दा हरियाणा दी पुलिस ने उहदे नाल झूठे केसेस बनाए फिजिकली उहनूं असॉल्ट कीता सट पेट भी लाई तो मैं मेरा ये मेरी यह सोच सी कि जे चीफ जस्टिस ऑफ पंजाब एंड हरियाणा हाई कोर्ट नूं असीं लिख के करीए पंजाब ते हरियाणा दोनों सूबे जिहड़े ने उन्हां दी देख रेख दे विच ने सो मैं एक चिट्ठी सीधे तौर चीफ जस्टिस नूं कहा कि तुसीं सुओ मोटो लो जजेस नूं यह हक है कि कोई अखबार चो खबर पढ़ के या उन्हां नूं कोई मेल आ जाए या चिट्ठी आ जाए तो अपने आप भी बिना किसी वकील पेश होए उहदा नोटिस लै सकदे तो इस तरह ही उन्हां नोटिस लिया मैं बहुत ही मशकूर हाँ चीफ जस्टिस साहब का जजेस साहब का पंजाब एंड हरियाणा हाई कोर्ट का कि उन्हें साडी नौजवान बच्ची नूं जस्टिस दित्ती है कल उहदी देर रात जमानत हो गई करनाल तो बाहर आ गई है सो यह भी एक बड़ा रेयर है कि सुओ मोटो जज साहब इन पब्लिक इंटरेस्ट उन्हें सुओ मोटो लैके तो जस्टिस दवाई है। भाईवा साहब यूँ नहीं लगता कि इस मुद्दे पर क्रैडिट वार चल रही है जमानत कराने के मामले नौजवानों जेलों चो बाहर लियाने के मामले केस लड़ने के मामले मैं सारा की वख-वख गल भी कर सकता भाईवा साहब सारिया जथेबंदियां आप अपने दावा करते हैं कि असी केस लड़ रहे हैं तुसी भी यह दावा कर रहे हो कि मेरी चिट्ठी के नाल मसला जिहड़ा बहुत हद तक सुलझिया भाईवा साहब असी यह मान के चलीए कि क्रैडिट वार चल रही है ज वाकई ये सारे लोग संजीदा है तुसी भी उन्होंने विचों एक हो। देखो मेरी एक गल सुन लो असी तो क्रैडिट लिया नहीं क्रैडिट वॉर कोई लेना चाहे असी तो कदे क्रैडिट वॉर लई नहीं बहुत सारे लोग ने जिहड़े क्रैडिट वॉर लेना चाहते सानू कोई जरूरत नहीं सानू बहुत चंगी तरह पंजाब के लोग जानते हैं तो गुरु महाराज साहब की कृपा नाल असी उस जगह पर पहुंचे हाँ सानू बहुते क्रैडिट की हुण लोड़ नहीं बट तुसी क्योंकि मैनू सवाल किया ना सवाल करते मैं जवाब ही कोई नहीं सी देना जी चलो मेरा कोई प्रेस नोट मेरा कोई प्रेस बयान नहीं छपिया मैं अखबारों में क्या होगा मैं करवाया जी जी मैं तो तुम्हें गल कही है जी चिट्ठी मैं लिखी है वह तो मैं हम एक्सैप्ट करनी पेगी ना कि चीफ जस्टिस साहब ने मैं चिट्ठी लिखी जिससे सुओ मोटो उन्होंने एक्शन लिया तो मैं थैंक्स भी करना पेगा क्योंकि वह चिट्ठी से असर होया जी। अच्छा भाईवा साहब तुम ये मानते पे कि उस चिट्ठी का असर होया भाईवा साहब जिस तरीके सरकार की भूमिका होनी चाहिए है तुम बतौर राज्यसभा मैंबर अपनी भूमिका अदा की है तुम्हें कहा कि मैं ये सारी चिट्ठी लिखी है जिस तरीके पंजाब सरकार की भूमिका होनी चाहिए सी पंजाब सरकार ने भी कहा असं सारा कुछ कर रहे हैं तो लगता कि पंजाब सरकार अपनी भूमिका में सफल नहीं हुई मतलब ये मान के चलिए असी नहीं मैं देखो तुम ये सवाल होर पासे तोड़ लिया भूमिका सारे निभाते सरकार अपनी जगह निभा रही सी बाकी सियासी पार्टियां अपनी जगह निभा रही सी वकील साहबान अपनी जगह निभा रहे सी किसी की चिट्ठी का असर हो गया किसी के काम का थोड़ा लेट असर होया गल तो इन्नी असी तो नौजवान बच्ची दी उहदे उहनूं जस्टिस दवाउण वाले पासे सारे पंजाबी जगत लगा सी मैं ये गल नहीं कही कि कल्ला मैं रिस्पोंसिबल हां जिन्हें जिन्हें भी योगदान पाया थोड़ा पाया वध पाया डायरैक्ट पाया इनडायरैक्ट पाया मैं सारिआं नूं मुबारकबाद देना इस गल तुसीं कह रहे हो कलैक्टिव एफर्ट्स नाल सारा कुछ होया भाईओ साहब भाईवा साहब एक सवाल होर जरूर बनता भाईवा साहब जिस तरीके का संयुक्त किसान मोर्चा उत्थे इन्ने दिनों तो डटिया होया भाईवा साहब जिस तरीके का पंजाब ये मोर्चा शुरू होया सी पंजाब के लीडर ने अगवाई की सीगी वो अपनी जिहड़ी भूमिका दे विच खड़ा सी 26 जनवरी तो बाद लगता कि वह भूमिका तो विचालों किसान जथेबंदियां थोड़ियां थिड़क गई जां किसान जथेबंदियों नूं सरकारी एजेंसियां ने जिवें तुसीं कह रहे हो थिड़का दिता आपके एजेंडे तो जब तुम लगता कि अंदोलन वह भी स्टैंड कर रहा जिवें पहला से नहीं अंदोलन तो स्टैंड कर रहा बट एक जरूर है
कि जेड़ा फोकस पंजाब दी किसान जथेबंदियां ते ते पंजाब दे लोकां तों सी, ओह गवर्नमेंट ने बहुत ढंग दे नाल इह सिंघू बॉर्डर तों गाजीपुर बॉर्डर नूं लै गए, जेड़ा सारे दुनिया दे विच ते पंजाब दे विच पंजाब दी किसानी किसान जथेबंदियां ते रोज प्रेस दा फोकस सी, जिस दे जरिए सारी दुनिया विच गल जा रही सी, ओह हुण थोड़ी देर दी सिंघू बॉर्डर तों उठ के हुण ये गाजीपुर बॉर्डर वाल चली गई है, बस इन्ना फर्क जरूर है। नहीं जो तुसी गाजीपुर बॉर्डर जिक्र करते हो तो राकेश टकैत का भी जिक्र होंगे, तो टकैत साहब कहते हैं मंच पंच उही रहेंगे, फैसले सिंघू बॉर्डर तो ही ले जाएंगे, तो लगता है कि गाजीपुर बॉर्डर शिफ्ट करके असी किसान जथेबंदियों की जी एकता है की है उनते सवाल तो नहीं खड़ा कर रहे भाईओ साहब? नहीं नहीं मैं ये नहीं गल कही जी, मैं किसी की यह नहीं गल कही कि एकता च फर्क पिया, मैं ये जरूर किया कि जेड़ा पंजाब का संघर्ष से उन्हों सेंट्रल गवर्नमेंट चाहती सी ज़्यादा फोकस ना रखा जाए, सारे देश के दे इंटरनेशनल फोकस पंजाब के किसानों तो उठ के दूसरे बॉर्डर से चला गया, इन्ना कि सानू डिसएडवांटेज मिली है। इसका सर वजह की समझ सरकार क्यों चाहती सी पंजाब से फोकस ना रहे? कोई चीज़ा टीवी पर मैं नहीं कह सकता, बहुत सियाने समझने वाले समझते हैं कि क्यों पंजाब तो फोकस जेड़ा चुक के गवर्नमेंट जेड़ी है दूसरे बॉर्डर से लै गई। जो मैं तुम्हें कह दिता कि पंजाब के किसानों तो फोकस चुक के कितने होर चला गया, तुम अपने आप समझते ही हो, मैं समझाना की चाहना जो मैं टीवी चैनल पर नहीं कहना चाहता। भाई साहब तुम सरहदी इलाके तो आने हो, मैं तो ही सरहदा वाला सवाल तुहाडे तों पुछ लिया, फोकस इलैक्शन वेले भी डाइवर्ट हुंदा सर सरहदा ते आ जांदा है, तो हुण भी सरहद तो सरहद हो गया, कि तो यूपी इलैक्शन तुसीं वजह मानदे हो भाईओ साहब? केड़ी इलैक्शन जी? यूपी दी इलैक्शन। हाँ जी नहीं गल इस तरह कि तुसीं समझदे हो कि बहुत सारा फोकस पिछले तीन चार महीने च पंजाब दी किसान जथेबंदियां दा ते पंजाब दे किसान ते सी, हुण फोकस शिफ्ट कर दिता है, हुण तुसीं वेख रहे हो प्रेस का फोकस सिंघू बॉर्डर ते ते दूजा जिहड़ा रोहतक दे कोल बॉर्डर है उस बॉर्डर ते घट है, ये सारा गाजीपुर वाल चला गया, तो ये इस कारण ही तुसीं वेख रहे हो 26 जनवरी तो बाद सेंटर की सरकार ने किसान जथेबंदियां जिहड़ियां विशेष तौर पंजाब दीआं ही ने उन्हां नूं हुण कोई टॉक्स वास्ते अगे गलबात वास्ते सद्दा नहीं दे रहे, जे फोकस सिंघू बॉर्डर ते या दूसरा जिहड़ा बॉर्डर है टिकरी टिकरी बॉर्डर टिकरी बॉर्डर जे इत्थे रहिंदा ते इन्हां नूं प्रेशर रहना सी कि इन्हां नाल गलबात शुरू कीती, तुसीं मेरी गल समझ रहे हो जिहड़ी मैं समझाउण दी कोशिश कर रहा जी जी। अच्छा गवर्नमेंट ने प्रेशर शिफ्ट करके तां ही किसान जथेबंदियां नूं अजे टॉक्स वास्ते नहीं बुलाया जी। भाई साहब तुसीं मानदे हो कि डेडलॉक नहीं टुटेगा, तुसीं कह रहे हो फोकस शिफ्ट हो गया, पंजाब तो फोकस शिफ्ट करने का मतलब है डेडलॉक है जिहड़ा वो लम्मा पै गया तो वह टुटेगा नहीं, तुहानूं इह लगदा पिया भाई साहब? असीं इह मन के चलीए कि पंजाब तो फोकस शिफ्ट होना डेडलॉक होना, सभा दे जिहड़ा हुणे सैशन खत्म होया उहदे तो प्राइम मिनिस्टर दे एटीट्यूड तो सानूं इह नज़र आया है कि डेडलॉक नूं तोड़न दे मूड विच है नहीं, सरकार डेडलॉक नूं तोड़न दे मूड विच है नहीं, इन्हां बिल्लां नूं इस कानून नूं रिपील करन दे हक च है नहीं, इन्हां नूं वापस लैण दे हक च है। भाई साहब फिर जिहड़े तुहाडे वर्गे विरोधी खेमे च बैठे हुए लोग है जिहड़े अक्सर इन्हां मुद्दे ते बोलते हैं पार्लीमेंट भी तुसीं लगातार बोलते हो भाई साहब, तुहाडे वर्गे लोगों नूं की करना चाहिए फिर सर डेडलॉक तोड़न दे लई? असीं ते जो कुछ अपना रोल अदा कर सकते हैं पार्लीमेंट के फ्लोर ते ही कर सकते हैं, क्योंकि इत्थे साडियां जिहड़ियां किसान जथेबंदियां उन्होंने भी एम्बारगो लाया, पोलीटिकल लीडरस ते पोलीटिकल पार्टियां ते एम्बारगो लगा कि साडे इन्हां इस संघर्ष दे विच साडी किसे स्टेज ते या साडे इकट्ठ तुसीं ना आओ, ते साडे को ते फिर इक्को ही जिहड़ा जिहड़ा साडे को जिस तरह जिहड़े MLA ने उह कल्ले अपनी असैंबली तक रह गए, जिहड़े मैंबरस ऑफ पार्लीमेंट ने उह अपने फ्लोर ऑफ द हाउस तक रह गए, लोकसभा के मैंबर लोकसभा तक रह गए, राज्यसभा के राज्यसभा तक रह गए, असीं ते अपने जिहड़े रिस्पेक्टिव फोरम्स है उहदे ते गल कर सकदे हां। भाई साहब किसान जथेबंदियां ने कहा भी पोलीटिकल लोगों को असी एंट्री नहीं देनी गी, वो साडे उत्थे स्टेज ते ना बोलन, पर उन्होंने साहब धरने लाउण तो मना नहीं किया, भाई साहब तुहानूं इह लगदा कि तीन बार्डर जिहड़े दिल्ली के घेरे हुए है कि चौथा बार्डर कोई सियासतदानां नूं भी घेर लैना चाहिए, उत्थे मोर्चा ला देना चाहिए भी असीं तुहाडी सपोर्ट च बैठे हाँ, जो तुसीं आदेश करोगे असीं तुहाडे मगर खड़े हाँ, इउं कहना चाहिए या नहीं? नहीं नहीं मैं इस हक च नहीं हाँ, मैं चाहना कि किसान जथेबंदियां ते किसान यूनियन ही बैठे ने इत्थे,
क्योंकि गवर्नमेंट नूं बहाना ना दिता जाए कि पोलीटिकल के जिहड़ा पोलीटिकल कर दिता कि इहदे राजनीतिक जमात इन्हां दे पिछे ने, तो गवर्नमेंट को जिहड़ा बहाना होएगा कि जी इह पोलीटिकली मोटीवेटेड ने। वो किसान यूनियन का भी स्टैंड ठीक है, कुछ हद तक असीं समझने आ, वो समझते हैं कि जे इहनूं पोलीटिकल रंगत ना दिती जाए तो साडा संघर्ष शायद बेहतर चल सकता है। इस गल कारण ही असीं कभी कोशिश ही नहीं की कि सिंघू बॉर्डर या दूजिया ते जाइए। असीं समझने उन्हां दी अपनियां मुश्किलात ने, असीं वो मुश्किलातां दे विच उन्हां दी मुश्किल नूं वधाउणा नहीं चाहते। सर महापंचायतों के तुहाडी पार्टी के लीडर भी शामिल हो रहे हैं, होर पार्टियां दे लीडर भी शामिल हो रहे हैं, तुहानूं इउं नहीं लगता कि उहदे नाल सरकार नूं एक मौका मिल रहा कि पोलीटिकल इहदे विच लोक शामिल हो रहे तो पोलीटिकल रंगत इहनूं दित्ती जा सके? तुहानूं इउं नहीं लगता? फिर दूजे पासे आपां जे सोचिए तां बायो साहब, जे सेंटर दी सरकार नहीं मानदी तां फिर सारे पंजाबियों नूं इहदे विच शामिल होना पएगा, भावें किसे सियासी जमात दे नाल तल्लक रखदे ने। फिर तो वेखो जे मन्नण च नहीं आंदे फिर किसान जथेबंदियां इह गल लोकां च कह सकदियां ने कि असीं 5 महीने 6 महीनों से संघर्ष कर रहे हैं, जो साडी गल ही कोई सुन के राजी नहीं, फिर अ सारे वेलकम कर दिता कि आ जाओ सारे जने रल के कट्ठे उपराला करिए। भाई साहब जिते तुहाडी सरकार है, पंजाब विच वी तुहाडी पार्टी सरकार है, तुहाडी पार्टी सरकार नूं की स्टैंड लैना चाहिए सर? कैप्टन अमरिंदर सिंह नूं की स्टैंड लैना चाहिए हुण डेडलॉक दे इस मामले विच? डेडलॉक दे विच ते मैं ते वेखो यही बेनती करांगा कि साडा 8 मार्च तो फिर सैशन शुरू होणा। मैं कैप्टन अमरिंदर सिंह जी नूं इह गल कहांगा क्योंकि तुसीं इस टाइम चीफ मिनिस्टर हो पंजाब दे, जे 5-6 महीनों तक अजे संघर्ष किसे बन्ने लगा नहीं, तुसीं 10-15 दिन जिहड़ा सैशन शुरू हुंदा तुसीं चंडीगढ़ दे बजाए दिल्ली आओ, आओ उत्थे, क्योंकि जदों चीफ मिनिस्टर उत्थे आड़ गए ओपोजिशन पार्टियां सारियां नूं सद्दा दो, वो फिर एक बार फिर सारे दुनिया दा ते देश दा जिहड़ा ध्यान है वो फिर इत्थे केंद्रित किया जा सकदा जी। चंडीगढ़ बैठे सानू ओना मीडिया फोकस नहीं मिलना जिन्ना मीडिया फोकस दिल्ली चो मिलना है। पार्लियामेंट नहीं बायो साहब, तुम सीधे शब्दों में यह कहना चाह रहे हो कि सर्व पार्टी जो वफद है या सर्व पार्टी एक सारा डेलीगेशन है वो उत्थे जाके बैठना चाहिए तो प्रताप सिंह बाजवा जां तुहाडी पार्टी के होर मैंबर पार्लीमेंट है जां दूजियां पार्टियां दे एमपी सहगे है उन्होंने भी उन्हें शमूलियत करनी चाहिए, तुम ये कहना चाह रहे हो? नहीं मैं चाहना कि सारिया पार्टियां जिहड़ियां पंजाब दियां वेल विशर्स जी भारतीय जनता पार्टी तो इलावा सारिया पार्टियां, क्योंकि अज हर पंजाबी का सवाल है, सांझा सवाल है, दे विच कोई कांग्रेस अकाली आप कामरेड या ए या बी सी नहीं, इहदे विच समुचा पंजाब दे फ्यूचर की लड़ाई, साढ़े आने वाले भविख की लड़ाई है, साढ़े सारिया की इज्जत की मान की सन्मान की दस्तार की लड़ाई। जिस तरह 125 साल पहले या 105-107 साल पहले पगड़ी समाज जट्टा चलिया से, हुण फिर उही गल, पहले पंजाब, जे पंजाब पंजाब बचेगा तो पंजाब की राष्ट्रीय पार्टियां बचनगी, जे राष्ट्रीय पार्टियां बचनगियां तो सियासी लीडर अपना बचा कर पाएंगे, पहले अपनी मिट्टी बचाइए। सानू इकट्ठे होना पेगा दिल्ली में जाके इस संघर्ष में एक दोहरा हल्ला मारना पेगा। हुण तिकर जो कैप्टन अमरिंदर सिंह ने रोल निभाया तुसी उसनू किस लहजे नाल देखदे हो? हुण तिकर जिहड़ा रोल उन्होंने प्ले किया, चाहे इस तों पहलां इजलास सद्या होवे चाहे सर पार्टी बैठकां कीतियां होण, तुसी उहनां दे रोल नूं किवें समझदे हो? को तुहानू पता को पिछले 4 साल च जिथे किते भी कोई कमी पेशी रही है मेरी, भावे अपनी गवर्नमेंट सी, मैं उन्हों कटहरे चो खड़ा करन तो कभी भैड़ा नहीं, बट इस टाइम मैं समझना कि जिहड़ा रोल गवर्नमेंट का रहा वो रीजनेबली ठीक रोल रहा। किसान वीर भी यह गल बहुत चंगी तरह जानते ने कि जे अज किसान वीर हरियाणा के बॉर्डर नाल शांति नाल पहुंचे, 2 महीने जो पंजाब संघर्ष सी, रेलवे लाइना बंद की, सड़कां बंद कीतियां सी, इन्हां ने तुसीं वेख्या टोल प्लाजे बंद कीते सी, गवर्नमेंट ऑफ पंजाब शांतिपूर्वक लोकां नूं किते नूं परेशान नहीं कीता, गवर्नमेंट ऑफ पंजाब सपोर्ट कीता, अज भी सपोर्ट कर रही, जो भी ढंग तरीका सपोर्ट करन दा गवर्नमेंट ने कीता, स्पैशल सैशन सद्या उहदे विच बकायदा तौर सर्वसम्मति नाल मता पाया गया, बदकिस्मती है कि जिहड़ी असीं सारे ओह रिजैक्ट कीते सी, जिहड़ा कानून बणिया ओह
ਉਹ ਗਵਰਨਰ ਨੇ ਅਜੇ ਪੰਜਾਬ ਦੇ ਗਵਰਨਰ ਸਾਹਿਬ ਨੇ ਰਾਸ਼ਟਰਪਤੀ ਨੂੰ ਹੀ ਨਹੀਂ ਕੱਲੇ ਸੋ ਇਹ ਚੀਜ਼ਾਂ ਕਿਉਂਕਿ ਗਵਰਨਰ ਤੁਹਾਨੂੰ ਪਤਾ ਹੈ ਡਾਇਰੈਕਟ ਅਪੁਆਇੰਟੀ ਹੈ ਸੈਂਟਰਲ ਗਵਰਨਮੈਂਟ ਦਾ ਉਹ ਪੰਜਾਬ ਗਵਰਨਮੈਂਟ ਦੇ ਹੱਥ ਵਾਸ ਹੈ ਨਹੀਂ ਸੋ ਜੋ ਵੀ ਸੂਬੇ ਦੀ ਸਰਕਾਰ ਕਰ ਸਕਦੀ ਹੈ ਉਹਨੇ ਠੀਕ ਕੀਤਾ ਆਪੋਜੀਸ਼ਨ ਦੀ ਪਾਰਟੀਆਂ ਨੇ ਵੀ ਪੰਜਾਬ ਦਾ ਸਾਥ ਦਿੱਤਾ ਮੈਂ ਇਹ ਇਕੱਲਾ ਆਪਣੀ ਗਵਰਨਮੈਂਟ ਦੀ ਤਾਰੀਫ ਹੀ ਨਹੀਂ ਕਰੂੰਗਾ ਆਪੋਜੀਸ਼ਨ ਦੀ ਪਾਰਟੀਆਂ ਨੇ ਵੀ ਸਾਡਾ ਸਾਥ ਦਿੱਤਾ ਐਜ਼ ਅ ਪੰਜਾਬੀ ਹੋ ਕੇ ਦਿੱਤਾ ਸੋ ਇਸ ਗੱਲ ਦੇ ਵਿੱਚ ਸਾਨੂੰ ਇੱਕ ਸੈਕਿੰਡ ਟਾਈਮ ਮੈਂ ਸਮਝਣਾ ਵੱਡਾ ਹਮਲਾ ਮਾਰਨਾ ਪਏਗਾ ਬਾਇਓ ਸਾਹਿਬ ਅਸੀਂ ਆਖਰੀ ਸਵਾਲਾਂ ਵੱਲ ਹਾਂ ਬਾਇਓ ਸਾਹਿਬ ਸਵਾਲ ਇਹ ਵੀ ਹੈਗਾ ਕਿ ਇਸ ਕਿਸਾਨੀ ਸੰਘਰਸ਼ ਦੇ ਵਿਚਾਲੇ ਜਿਹੜਾ ਸਰਕਾਰ ਦਾ ਚਾਲ ਸਾਰ ਦਾ ਰਿਪੋਰਟ ਕਾਰਡ ਹੈ ਲੋਕਾਂ ਅੱਗੇ ਰੱਖਿਆ ਜਾਣਾ ਚਾਹੀਦਾ ਹੈ ਉਸ ਦੇ ਵਿਚਾਲੇ ਤੁਸੀਂ ਆਪਣੇ ਰਿਪੋਰਟ ਕਾਰਡ ਨੂੰ ਕਿਸਾਨ ਸੰਘਰਸ਼ ਦੇ ਪਰਛਾਵੇਂ ਹੇਠ ਲੁਕੋ ਲਿਆ ਬਾਇਓ ਸਾਹਿਬ ਤੁਹਾਨੂੰ ਇਉਂ ਲੱਗਦਾ ਜਾਂ 4 ਸਾਲ ਦਾ ਰਿਪੋਰਟ ਕਾਰਡ ਹੈ ਜਿਹੜਾ ਸਰਕਾਰ ਦਾ ਤੁਸੀਂ ਉਸ ਨਾਲ ਸਹਿਮਤ ਹੋ ਕਿ ਜਿਹੜੇ ਪ੍ਰੋਮਿਸ ਕੀਤੇ ਸੀਗੇ ਉਹਨਾਂ ਵਿੱਚੋਂ ਕੁਝ ਫੁੱਲਫਿਲ ਕਰ ਦਿੱਤੇ ਗਏ ਆ ਦੇਖੋ ਇੱਕ ਮੋਟੀ ਗੱਲ ਸਮਝ ਲਓ ਆਪਣਾ ਰਿਕਾਰਡ ਤੇ ਲੋਕਾਂ ਸਾਹਮਣੇ ਰੱਖਣਾ ਹੀ ਪਏਗਾ ਅੱਜ ਕਿਉਂਕਿ ਕਿਸਾਨਾਂ ਦੇ ਇੱਕ ਵੱਡਾ ਸੰਘਰਸ਼ ਹੈ ਹਰ ਪੰਜਾਬੀ ਦਾ ਸੰਘਰਸ਼ ਹੈ ਉਨੀ ਦੇਰ ਵਾਸਤੇ ਲੋਕਾਂ ਨੇ ਠੀਕ ਹੈ ਪੰਜਾਬ ਦੇ ਬਾਕੀ ਮੁੱਦਿਆਂ ਨੂੰ ਥੋੜੀ ਦੇਰ ਵਾਸਤੇ ਡੀਪ ਫ੍ਰੀਜ਼ਰ ਚ ਪਾ ਦਿੱਤਾ ਬਟ ਜਦੋਂ ਗਵਰਨਮੈਂਟ ਵੋਟਾਂ ਵਾਸਤੇ ਜਾਏਗੀ ਉਹਦੇ ਵਿੱਚ ਤੁਹਾਡਾ ਜਿਹੜਾ ਜੋ ਕੀਤਾ ਹੋਇਆ 5 ਸਾਲ ਦਾ ਕੰਮ ਹੈ ਉਹ ਤੇ ਤੁਹਾਨੂੰ ਵਿਖਾਣਾ ਹੀ ਪਏਗਾ ਇੱਕ ਅਖੀਰਲਾ ਫਾਈਨਲ ਸਾਲ ਰਹਿ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਗੱਲ ਕਹੀ ਕਿ ਸਾਲ ਇੱਕ ਰਹਿੰਦਾ ਬਹੁਤ ਸਾਰੇ ਕੀਤੇ ਹੋਏ ਵਾਅਦੇ ਜਿਹੜੇ ਅਸੀਂ ਨਹੀਂ ਨਿਭਾ ਸਕੇ ਇਸ ਸਾਲ ਵਿੱਚ ਨਿਭਾਵਾਂਗੇ ਸਾਨੂੰ ਇਹ ਸਾਲ ਦੇਣਾ ਚਾਹੀਦਾ ਇੱਕ ਸਾਲ ਉਹਨਾਂ ਲਈ ਕਰਦੇ ਠੀਕ ਹੈ ਜਿਹੜੇ ਮੈਨੀਫੈਸਟੋ ਵਿੱਚ ਸਰ ਵਾਅਦਾ ਇਹ ਕੀਤਾ ਗਿਆ ਸੀਗਾ ਕਰਜ਼ਿਆਂ ਵਾਲਾ ਜਿਹੜੇ ਕਿਸਾਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਸੀਗੇ ਉੱਥੇ ਕਿੱਥੇ ਸਰਕਾਰ ਸਟੈਂਡ ਕਰਦੀ ਹੈ ਸਰ ਉਹ ਸਵਾਲ ਵੀ ਪੁੱਛਿਆ ਜਾਊਗਾ ਜਦੋਂ 5 ਸਾਲ ਬਾਅਦ ਤੁਸੀਂ ਵੋਟਾਂ ਮੰਗਣ ਜਾਓਗੇ ਬਾਇਓ ਸਾਹਿਬ ਕਿਸਾਨ ਇਹ ਸਵਾਲ ਕਰਨਗੇ ਉਹਦਾ ਜਵਾਬ ਤੇ ਕੈਪਟਨ ਅਮਰਿੰਦਰ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਜਿਹੜੇ ਉਹੀ ਦੇ ਸਕਦੇ ਨੇ ਮੈਂ ਤੇ ਮੰਤਰੀ ਮੰਡਲ ਚੋਂ ਬਾਹਰ ਹਾਂ ਜੀ ਇਹਦਾ ਜਵਾਬ ਤੇ ਜਿਨ੍ਹਾਂ ਨੇ ਜਵਾਬ ਦੇਣਾ ਉਹੀ ਦੇ ਸਕਦੇ ਨੇ ਮੈਂ ਵੀ ਤੁਹਾਡੇ ਵਰਗਾ ਜਿਸ ਤਰ੍ਹਾਂ ਤੁਸੀਂ ਟੀਵੀ ਚੈਨਲ ਤੇ ਇੱਕ ਤੌਰ ਤੇ ਅੰਦਰ ਬੈਠੇ ਹੋਏ ਮੈਨੂੰ ਜਵਾਬ ਕਰ ਰਹੇ ਹੋ ਮੈਂ ਵੀ ਆਪਣੇ ਘਰ ਦੇ ਲੌਨ ਵਿੱਚੋਂ ਬੈਠਾ ਉਹਨਾਂ ਨੂੰ ਵੀ ਕਹੂੰਗਾ ਦੋ ਜੀ ਜਵਾਬ ਇਹਦਾ ਇਹਦਾ ਜਵਾਬ ਤੇ ਕੈਪਟਨ ਅਮਰਿੰਦਰ ਸਿੰਘ ਤੇ ਉਹਦੀ ਡੀਪੀ ਦੇ ਸਕਦੀ ਪ੍ਰਤਾਪ ਸਿੰਘ ਬਾਜਵਾ ਤੇ ਦੇ ਨਹੀਂ ਸਕਦੇ ਨਹੀਂ ਤੁਸੀਂ ਜਵਾਬ ਨਾ ਦਿਓ ਪਰ ਜਵਾਬ ਨਾ ਦਿਓ ਤੁਸੀਂ ਤੁਸੀਂ ਲਗਾਤਾਰ ਸਵਾਲ ਵੀ ਚੁੱਕਦੇ ਰਹੇ ਹੋ ਤੁਸੀਂ ਤਾਰੇ ਬਿਜਲੀ ਸਮਝੌਤਿਆਂ ਦਾ ਜ਼ਿਕਰ ਹੋਵੇ ਮੈਂ ਉਹਨਾਂ ਦਾ ਜ਼ਿਕਰ ਨਹੀਂ ਕਰ ਰਿਹਾ ਸਰ ਮੈਂ ਤਾਂ ਸਿਰਫ ਕਿਸਾਨੀ ਮੁੱਦੇ ਤੇ ਫੋਕਸ ਕਰ ਰਿਹਾ ਮੈਂ ਸਿਰਫ ਉਹਨਾਂ ਮੁੱਦੇ ਤੇ ਫੋਕਸ ਕਰ ਰਿਹਾ ਮੇਰੀ ਬੇਨਤੀ ਸੁਣ ਲਓ ਕਿਸਾਨੀ ਮੁੱਦੇ ਨੂੰ ਕਮਜ਼ੋਰ ਨਾ ਕਰਨ ਵਾਸਤੇ ਬਹੁਤ ਸਾਰੇ ਸਵਾਲ ਨੇ ਜਿਹੜੇ ਅਜੀ ਇਸ ਮੌਕੇ ਤੇ ਨਹੀਂ ਉਠਾ ਪਾ ਰਹੇ ਜਾਂ ਨਹੀਂ ਉਠਾਉਣਾ ਚਾਹੁੰਦੇ ਸੋ ਦੈਟ ਇਹ ਨਾ ਹੋਏ ਕਿ ਕਿਸਾਨੀ ਮੁੱਦੇ ਤੋਂ ਕਿਤੇ ਧਿਆਨ ਕਿਸੇ ਪੰਨੇ ਹੋਰ ਹੋ ਜਾਏ ਪਹਿਲੇ ਅਸੀਂ ਇਹ ਜਿਹੜੀ ਵੱਡੀ ਜੰਗ ਹੈ ਪਹਿਲੇ ਇਹਨੂੰ ਜਿੱਤੀਏ ਗਵਰਨਮੈਂਟ ਦਾ ਤੇ ਜਿਹੜਾ ਰਿਪੋਰਟ ਕਾਰਡ ਉਹ ਤੇ ਗਵਰਨਮੈਂਟ ਨੂੰ ਵਿਖਾਣਾ ਹੀ ਪਏਗਾ ਮਨੀਮ ਨੂੰ ਹਿਸਾਬ ਕਿਤਾਬ ਮਾਲਕ ਨੂੰ ਦੇਣਾ ਹੀ ਪੈਂਦਾ ਜਦੋਂ ਅਖੀਰ ਜਦੋਂ ਫਸਲ ਛੁੱਟੀ ਦੀ ਹੈ ਮਨੀਮ ਨੂੰ ਹਿਸਾਬ ਕਿਤਾਬ ਆਪਣੇ ਮਾਲਕ ਨੂੰ ਦੇਣਾ ਹੀ ਪਏਗਾ ਸੋ ਸਾਡਾ ਮਾਲਕ ਸਾਡਾ ਵੋਟਰ ਉਹਨੂੰ ਸਾਡਾ ਆਪਣਾ ਹਿਸਾਬ ਦੇਣਾ ਹੀ ਪਏਗਾ ਉਹ ਭਾਵੇਂ ਅਖੀਰਲੇ ਹਫ਼ਤੇ ਚ ਦੇ ਭਾਵੇਂ ਅਖੀਰਲੇ ਮਹੀਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਬਾਰੇ ਚਰਚਾ ਚੱਲ ਰਹੀ ਹੈ ਤੇ ਜਦੋਂ ਹੁਣ ਮੌਜੂਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ 2022 ਦਾ ਚਿਹਰਾ ਪੇਸ਼ ਕਰਦੇ ਪਏ ਹੋਣ ਉਦੋਂ ਪ੍ਰਤਾਪ ਸਿੰਘ ਬਾਜਵਾ ਟੇਕ ਕੀ ਹੈ ਵੇਖੋ ਇਹ ਟੇਕ ਦਾ ਜਵਾਬ ਮੈਂ ਪਾਰਟੀ ਹਾਈ ਕਮਾਂਡ ਨੂੰ ਹੀ ਦੱਸਾਂਗਾ ਇਹ ਮੈਂ ਜਸ ਟੀਵੀ ਤੇ ਨਹੀਂ ਦੱਸਣਾ ਚਾਹਾਂਗਾ ਚਲੋ ਠੀਕ ਹੈ ਪ੍ਰਤਾਪ ਸਿੰਘ ਬਾਜਵਾ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਕਿਹੜੇ ਸਵਾਲ ਦਾ ਜਵਾਬ ਦੇਣਾ ਤੇ ਕਿਵੇਂ ਦੇਣਾ ਬਹੁਤ ਧੰਨਵਾਦ ਪ੍ਰਤਾਪ ਸਿੰਘ ਬਾਜਵਾ ਤੁਸੀਂ ਵਕਤ ਕੱਢਿਆ ਥੈਂਕ ਯੂ ਜੀ ਬਹੁਤ ਮਿਹਰਬਾਨੀ ਤੁਹਾਡੀ ਸ਼ੁਕਰੀਆ ਥੈਂਕ ਯੂ ਇਹ ਸਨ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਤੋਂ ਅਸੀਂ ਕਿਸਾਨ ਸੰਘਰਸ਼ ਬਾਰੇ ਬਹੁਤ ਸਾਰੇ ਸਵਾਲ ਲਿੱਤੇ ਆ ਅਤੇ ਉਹਨਾਂ ਦਾ ਜਵਾਬ ਉਹਨਾਂ ਨੇ ਦਿੱਤਾ ਜਿਸ ਤਰੀਕੇ ਨਾਲ ਉਹਨਾਂ ਜਵਾਬ ਦਿੱਤਾ ਹੈਗਾ ਉਹਨਾਂ ਨੇ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਆ ਜਿਸ ਤਰੀਕੇ ਨਾਲ ਡੈਡਲੋਕ ਬਣਿਆ ਹੋਇਆ ਉਹ ਡੈਡਲੋਕ ਕਿਵੇਂ ਤੋੜਿਆ ਜਾ ਸਕਦਾ ਜਿਹੜੀ ਸਿਆਸਤ ਦੀ ਭੂਮਿਕਾ ਹੈਗੀ ਆ ਸਿਆਸਤ ਦੀ ਭੂਮਿਕਾ ਕੀ ਹੋਣੀ ਚਾਹੀਦੀ ਹੈ ਇਸ ਡੈਡਲੋਕ ਤੋੜਨ ਦੇ ਵਿਚਾਲੇ ਉਹ ਵੀ ਪ੍ਰਤਾਪ ਸਿੰਘ ਬਾਜਵਾ ਨੇ ਵਿਚਾਰ ਸਾਂਝੇ ਕੀਤੇ ਆ ਫੈਸਲਾ ਤੁਸੀਂ ਕਰਨਾ ਬਾਜਵਾ ਸਾਹਿਬ ਦੇ ਇਹਨਾਂ ਜਵਾਬਾਂ ਦੇ ਨਾਲ ਤੁਸੀਂ ਕਿੰਨਾ ਇਤਫਾਕ ਰੱਖਦੇ ਹੋ ਵਿਊ ਪੁਆਇੰਟ ਵਿੱਚ ਅੱਜ ਲਈ ਨਹੀਂ ਧੰਨਵਾਦ